देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। किसानी संघर्ष दे विच हर वर्ग के लोगों वालों समर्थन दिता जा रहा है, चाहे वह प्राइवेट मुलाजम होवे चाहे सरकारी मुलाजम होवे। ते साडे विच अज 24वें दिन किसानों नूं समर्थन देण पहुंचे ने पंजाब सैक्रेटरीएट दे प्रधान खैरा साहब। ते इह दस दईए कि शुरू तो ही अपनियां मंगां लै के इहनां दा सांझा मोर्चा मंच है, उहदे ते काफ़ी समर्थन भी दिंदे आ रहे ने ते अपनियां मंगां लै के काफ़ी वड्डे मोर्चे भी लगाउंदे ने। चाहे कोई भी सरकार होवे जदों मंग नहीं मनदी ते प्रधान जी वल्लों खैरा साहब वल्लों मोर्चे ते मोर्चे लाए जांदे ने। ते गल्लबात करांगे खैरा साहब, अज दे मोर्चे नूं लै के किस तरह समझ रहे हो? तुसीं वी पहलां कई वड्डे मोर्चे ला चुके हो पंजाब दे अंदर मुलाजम ਦੀਆਂ ਮੰਗਾਂ ਨੂੰ ਲੈ ਕੇ। ਇਹ ਜਿਹੜਾ ਮੋਰਚਾ ਹੈਗਾ ਜੀ, ਇਹ ਇੱਕ ਜੇ ਦੇਖਿਆ ਜਾਵੇ ਤਾਂ ਇਤਿਹਾਸ ਦਾ ਜਾਂ ਕਹਿ ਲਓ ਇਸ ਸਦੀ ਦਾ ਇੱਕ ਮਹਾਨ ਮੋਰਚਾ। ਜਿਵੇਂ ਅਸੀਂ ਪਹਿਲੇ ਗਥਾਵਾਂ ਸੁਣਦੇ ਹਾਂ ਬਹੁਤ ਵੱਡੇ ਵੱਡੇ ਸੰਘਰਸ਼ਾਂ ਦੀਆਂ, ਸੂਰਵੀਰ ਯੋਧਿਆਂ ਦੀਆਂ, ਮੈਨੂੰ ਲੱਗਦਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਉਹ ਇਹਦੀਆਂ ਗਾਥਾ ਜਿਹੜੀ ਆ ਗਾਇਆ ਕਰਨਗੀਆਂ, ਜਿਹੜੇ ਧਾਰਮਿਕ ਸਮਾਗਮਾਂ ਦੇ ਵਿੱਚ ਇਹਦੀ ਕਵੀਸਰੀ ਜਥੇ ਨੂੰ ਗਾਇਆ ਕਰਨਗੇ। ਸੋ ਇਹ ਐਡਾ ਕੁ ਵੱਡਾ ਸੰਘਰਸ਼ ਹੋ ਚੁੱਕਿਆ ਕਿ ਇਹ ਜੇ ਦੇਖਿਆ ਜਾਵੇ ਤਾਂ ਭਾਰਤ ਬਦਲਾਵ ਜਾਂ ਪੰਜਾਬ ਬਦਲਾਵ ਵੱਲ ਨੂੰ ਵੱਧ ਰਿਹਾ ਹੈਗਾ। ਇਹ ਲੜਾਈ ਸਿਰਫ ਬਿੱਲਾਂ ਦੀ ਨਹੀਂ ਰਹਿ ਗਈ, ਬਿੱਲ ਤਾਂ ਅਸੀਂ ਅੰਗਰੇਜ਼ਾਂ ਦੇ ਟਾਈਮ 'ਤੇ ਵੀ ਜਿਹੜੇ ਸੀਗੇ 1906 ਦੇ ਵਿੱਚ ਅੰਗਰੇਜ਼ਾਂ ਨੇ ਲਿਆਂਦੇ ਸੀ ਲਾਇਲਪੁਰ ਦੀ ਜ਼ਮੀਨ ਨੂੰ ਖੋਹਣ ਦੇ ਲਈ, ਉਦੋਂ ਵੀ ਉਹ 9 ਮਹੀਨੇ ਲਗਾਤਾਰ ਸੰਘਰਸ਼ ਕਰਨ ਉਪਰੰਤ ਵਾਪਸ ਕਰਾਏ ਸੀਗੇ। ਸੋ ਮੋਦੀ ਗੌਰਮੈਂਟ ਵੀ ਇਹਨਾਂ ਨੂੰ ਵਾਪਸ ਲਏਗੀ, ਇਹੋ ਜਿਹੀ ਕੋਈ ਗੱਲ ਨਹੀਂ, ਪਰ ਇਹ ਸੰਘਰਸ਼ ਦੀ ਦੇਣ ਜਿਹੜੀ ਹੋਏਗੀ ਸਮਾਜ ਨੂੰ ਬਹੁਤ ਵੱਡੀ ਹੋਏਗੀ। ਤੁਸੀਂ ਵੀ ਬੜੇ ਵੱਡੇ ਪੱਧਰ 'ਤੇ ਧਰਨੇ ਲਾਉਂਦੇ ਆਏ ਹੋ, ਹੈ ਨਾ, ਆਪਣੀਆਂ ਮੰਗਾਂ ਨੂੰ ਲੈ ਕੇ, ਅਤੇ ਕਈ ਲੱਗਦਾ ਤੁਹਾਨੂੰ ਹੁਣ ਇੰਨੀ ਦੇਰ ਹੋ ਗਈ ਹੈ, ਸਰਕਾਰ ਸੁਣੂਗੀ? ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਜੇ ਵਿਦੇਸ਼ੀ ਲੋਕ ਜਦੋਂ ਉਹਨਾਂ ਨੇ 3 ਕਾਲੇ ਕਾਨੂੰਨ ਖੇਤੀ ਸੰਬੰਧੀ ਉਹਨਾਂ ਨੇ ਵਾਪਸ ਲਏ, ਤਾਂ ਇਹ ਸਵਦੇਸ਼ੀ ਲੋਕ ਜਿਨ੍ਹਾਂ ਨੂੰ ਅਸੀਂ ਤਾਕਤ ਬਖਸ਼ੀ ਹੈ, ਜਿਨ੍ਹਾਂ ਨੂੰ ਸੱਤਾ ਅਸੀਂ ਬਖਸ਼ੀ ਹੈ, ਇਹ ਲੋਕ ਕਿਵੇਂ ਵਾਪਸ ਨਹੀਂ ਕਰਨਗੇ? ਸਾਡਾ ਇਤਿਹਾਸ ਗਵਾਹ ਹੈ ਕਿ ਜਦੋਂ ਅਸੀਂ ਕੋਈ ਚੀਜ਼ ਪ੍ਰਾਪਤ ਕਰਨ 'ਤੇ ਆ ਜਾਈਏ ਤਾਂ ਪ੍ਰਾਪਤ ਕੀਤੇ ਬਿਨਾਂ ਪਿੱਛੇ ਨਹੀਂ ਜਾਂਦੇ। ਇੱਕ ਉਹਨਾਂ ਦੀ ਸਿਆਣਪ ਹੋਏਗੀ ਉਹ ਕਿੰਨੀ ਜਲਦੀ ਹੈ, ਕਿਉਂਕਿ ਜਿੰਨੀ ਉਹ ਦੇਰ ਕਰਨਗੇ ਸਾਡੇ ਹੌਸਲੇ ਉੱਨੇ ਵਧਣਗੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਲੜਾਈ ਆ ਜਿਹੜੀ ਹੁਣ ਕੁਛ 5-7 ਰਾਜਾਂ ਦੇ ਵਿੱਚ ਆ, ਇਹ ਪੂਰੇ ਦੇ ਪੂਰੇ ਭਾਰਤ ਜਿਹੜੇ ਵੰਸ਼ ਦੇ ਵਿੱਚ ਜਿਹੜੀ ਆ ਇਹ ਫੈਲ ਜਾਏਗੀ। ਉਸ ਸਮੇਂ BJP ਨੂੰ ਕੰਟਰੋਲ ਕਰਨਾ ਬੜਾ ਮੁਸ਼ਕਲ ਹੋ ਜਾਏਗਾ। ਬਿੱਲ ਤਾਂ ਦੇਰ ਸਵੇਰ ਜਿਹੜੇ ਉਹ ਵਾਪਸ ਹੋ ਹੀ ਜਾਣੇ ਆ, ਪਰ ਜਿਹੜੀ ਨਵੀਂ ਲੜਾਈ ਸ਼ੁਰੂ ਹੋ ਜਾਣੀ ਆ ਉਹਦੇ ਵਿੱਚ BJP ਦਾ ਐਡਾ ਨੁਕਸਾਨ ਹੋਏਗਾ ਜੋ ਮੈਂ ਦੇਖ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਭਾਰਤ ਵਿੱਚੋਂ ਖਤਮ ਹੋ ਸਕਦੀ ਪਾਰਟੀ। ਅਤੇ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਸੁਪਰੀਮ ਕੋਰਟ ਦਾ ਇਸਦੇ ਵਿੱਚ ਦਖਲ ਦੇਣਾ, ਉਹਨੂੰ ਕਿਸ ਤਰ੍ਹਾਂ ਸਮਝ ਰਹੇ ਹੋ? ਦੇਖੋ, ਜੋ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਹੈਗਾ, ਮਾਨਯੋਗ ਜੱਜ ਸਾਹਿਬ ਨੇ, ਉਹਦੇ ਵਿੱਚ ਇੱਕ ਗੱਲ ਤਾਂ ਬੜੀ ਕਲੀਅਰ ਹੋ ਗਈ, ਉਹਨਾਂ ਨੇ ਇਹ ਕਹਿਤਾ ਵੀ ਜੋ ਸੰਵਿਧਾਨਿਕ ਹੱਕ ਹੈਗੇ ਉਹਦੇ ਬਾਰੇ ਤਾਂ ਅਸੀਂ ਰੋਕ ਨਹੀਂ ਲਾ ਸਕਦੇ। ਪਰ ਜੇ ਦੇਖਿਆ ਜਾਏ ਇਹਦੇ ਵਿੱਚ ਵੀ ਸਰਕਾਰ ਦੀ ਕੋਈ ਕਾਰਸ਼ਤਾਨੀ ਦੀ ਬਦਬੂ ਆਉਂਦੀ ਆ, ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਆਪ ਜੋ ਕੁਛ ਨਹੀਂ ਕਰ ਸਕਦੀ ਜਾਂ ਤਾਂ ਕੋਰਟ ਦੇ ਥਰੂ ਕਰਨਾ ਚਾਹੁੰਦੀ ਜਾਂ ਕੋਰਟ ਦੇ ਥਰੂ ਦਬਾਉਣਾ ਚਾਹੁੰਦੀ ਹੈ, ਪਰ ਜੇ ਉਹ ਕੋਰਟ ਦੇ ਥਰੂ ਮੰਨਦੀ ਆ ਤਾਂ ਉਹਨਾਂ ਲਈ ਸਿਆਣਪ ਹੋਏਗੀ, ਅਤੇ ਜੇ ਦਬਾਉਣ ਲਈ ਇਹ ਕਾਰਵਾਈ ਕੀਤੀ ਜਾ ਰਹੀ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨਦੇਹ ਹੋਏਗੀ, ਕਿਉਂਕਿ ਸਾਡੇ ਕਿਸਾਨ ਵੀਰ ਅਤੇ ਉਹਨਾਂ ਦੇ ਜਿਹੜੇ ਆ ਨਾਲ ਖੜ੍ਹੇ ਸਮਾਜ ਦਾ ਹਰ ਵਰਗ ਹੁਣ ਪਿੱਛੇ ਹਟਣ ਨੂੰ ਤਿਆਰ ਨਹੀਂ, ਨਾ ਹਟਾਂਗੇ ਹੁਣ ਜਿੱਤ ਕੇ ਜਾਵਾਂਗੇ। ਕਈ ਸਰਕਾਰੀ ਮੁਲਾਜ਼ਮਾਂ ਨੇ ਆਪਣੇ ਅਸਤੀਫੇ ਵੀ ਦੇ ਦਿੱਤੇ ਇਸ ਸੰਘਰਸ਼ ਦੇ ਚੱਲਦੇ, ਅਤੇ ਤੁਹਾਡੇ ਜਿੰਨੇ ਵੀ ਮੰਚ ਦੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਸਰਕਾਰੀ ਮੁਲਾਜ਼ਮ, ਉਹ ਕਿਸ ਤਰ੍ਹਾਂ ਆਪਣਾ ਸਮਰਥਨ ਦੇ ਰਹੇ ਨੇ? ਕਿਸੇ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਤੁਹਾਡੇ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਅੱਜ ਤੱਕ ਕਿ ਕਿਸਾਨੀ ਸੰਘਰਸ਼ ਸਰਕਾਰੀ ਮੁਲਾਜ਼ਮ ਨਾ ਜਾਣਗੇ, ਜਾਂ ਫਿਰ ਜਿੰਨੇ ਕੇਂਦਰ ਸਰਕਾਰ ਦੇ ਨਾਲ ਜੁੜੇ ਹੋਏ ਨੇ ਮੁਲਾਜ਼ਮ ਸਰਕਾਰੀ ਉਹਨਾਂ 'ਤੇ? ਦੇਖੋ, ਅਜੇ ਤੱਕ ਇਹੋ ਜਿਹੀ ਕੋਈ ਵੀ ਕਾਰਵਾਈ ਨਹੀਂ ਹੋਈ, ਸਾਡੇ ਮੁਲਾਜ਼ਮ ਖੁੱਲ੍ਹ ਕੇ ਸਾਥ ਦੇ ਰਹੇ ਨੇ। ਜਦੋਂ ਪਿੱਛੇ ਜੇ ਬੰਦ ਦੀ ਕਾਲ ਦਿੱਤੀ ਗਈ ਸੀ, ਪੂਰਾ ਪੰਜਾਬ ਮੁਲਾਜ਼ਮਾਂ ਵੱਲੋਂ ਬੰਦ ਕਰ ਦਿੱਤਾ ਗਿਆ ਸੀ, ਈਵਨ ਕਿ ਪੰਜਾਬ ਸਿਵਲ ਸੈਕਟਰੀਏਟ ਵੀ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ 17 ਸੈਕਟਰ ਦੇ ਵਿੱਚ ਸਾਡੇ ਜਰਨਲਿਸਟ ਭਾਈਚਾਰੇ ਵੱਲੋਂ ਰੈਲੀ ਕੀਤੀ ਗਈ ਸੀਗੀ, ਤਾਂ ਉੱਥੇ ਵੀ ਸਾਰੇ ਜਾਣੇ ਸਾਡੇ ਮੁਲਾਜ਼ਮ ਸਾਥੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਸੀਗੇ। ਉੱਥੇ ਕੁਛ ਪੋਲੀਟੀਕਲ ਪਾਰਟੀਆਂ ਦੇ ਲੀਡਰ ਵੀ ਆਏ ਸੀਗੇ, ਜਿਨ੍ਹਾਂ ਨੂੰ ਉੱਥੋਂ ਜਿਹੜੇ ਹਾਜ਼ਰ ਲੋਕ ਸੀ ਉਹਨਾਂ ਨੇ ਭਜਾ ਦਿੱਤਾ। ਤਾਂ ਉਦੋਂ ਵੀ ਮੈਂ ਆਪਣੀ ਤਕਰੀਰ ਦੇ ਵਿੱਚ ਕਿਹਾ ਸੀਗਾ ਕਿ ਇਹ ਜਿਹੜੇ ਲੋਕ ਖੜ੍ਹੇ ਨੇ ਇਹ ਜ਼ੀਰੋ ਨੇ, ਕਿਉਂਕਿ ਜੇ ਇਹਨਾਂ ਦੇ ਵਿੱਚ ਦਮਖਮ ਹੁੰਦਾ ਤਾਂ ਇਹ ਓਪੋਜੀਸ਼ਨ ਦੇ ਵਿੱਚ ਅਪੋਜ ਕਰਦੇ ਜਾ ਕੇ ਤਾਂ ਇਹ ਬਿੱਲ ਲਾਗੂ ਨਹੀਂ ਸੀ ਹੋ ਸਕਦੇ। ਇਹ ਓਪੋਜੀਸ਼ਨ ਦੀ ਕਮਜ਼ੋਰੀ ਸੀਗੀ ਕਿ ਉਹਨਾਂ ਨੇ BJP ਨੂੰ ਜਿਹੜੀ ਆ ਉਹ ਰੋਕ ਨਹੀਂ ਸਕੀ, ਅਤੇ ਹੁਣ ਉਹ ਆ ਕੇ ਜਿਹੜੀ ਰੈਲੀਆਂ ਦੇ ਵਿੱਚ ਉਹ ਆਪਣਾ ਨਾਮ ਬਣਾਉਣਾ ਚਾਹੁੰਦੇ। ਇੱਥੇ ਵੀ ਜਦੋਂ ਸਟੇਜ 'ਤੇ ਨਹੀਂ ਬੋਲਣ ਦਿੱਤਾ
तो उन्होंने इलाकों व दे निवासियों वालों जिते जिते भी कैंप लाए गए वह उत्ते जा जाके अपनी हाजिरी लवा रहे हैं ता कि सच्चे सुचे बन सकन। पर लोगों ने हुण भांप लिया कि पोलीटिकल पार्टियां सरकारां दे अगे झुकना नहीं है। जो गल तुसीं कीती भी सरकार ने सरकार ना सानू झुका सकती ना असी झुकांगे। जिवें जिवें अगे लड़ाई होएगी जो सानू साडी किसान जथेबंदियां जो 32 जथेबंदियां दी कमेटी जां 500 जथेबंदियां दी हिंदुस्तान लैवल दी कमेटी है जो सानू हुक्म कहणगे करनगे जे बंद करना तमाम तो असी बंद भी करांगे। इस तो भी उपर हड़ताला करनी है भी हड़ताला जो सानू हुक्म आऊगा असी उन्हां दी जिहड़ी आ हुक्म दे अनुसार अगले जिहड़े कार्ज आरंभ कर दांगे। सो इह सन साडे नाल खहरा साहब जिहड़े पंजाब सिविल सैक्रेटरी दे प्रधान ने ते सांझा मुलाजम मंच दे सैक्रेटरी भी ने ते जिन्हां ने दस्सिया कि जिहड़े सारे सरकारी मुलाजम ने पंजाब दे विच चाहे वह केंद्र सरकार दे नाल जुड़े होण या फिर पंजाब सरकार दे अंडर आंदे उन्हों सारे दे सारे इस किसानी समर्थन दे विच अपना साथ देणगे ते हर तरह का साथ देणगे जिस तरह का किसान दे आगू कहणगे। कैमरा परसन कमल दे नाल प्रिंस तागरा सिंघू बॉर्डर। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648।